ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਹਿਤ ਹਲੇੜ ਤੇ ਤੁਹਾਡਾ ਸਵਾਗਤ ਆ ਜੀ ਆਇਆਂ ਨੂੰ ਆਖਦਾ ਔਰ ਤੁਹਾਡੀ ਚੜ੍ਹਦੀ ਕਲਾ ਦੀ ਉਮੀਦ ਵੀ ਕਰਦਾ ਤੇ ਅਰਦਾਸ ਵੀ ਕਰਦਾ ਸਾਹਿਤ ਪ੍ਰੇਮੀ ਹੋਣ ਕਰਕੇ ਤੁਸੀਂ ਇਹ ਚੈਨਲ ਦੇਖ ਰਹੇ ਆ ਤਾਂ ਜੇ ਸਾਹਿਤ ਪ੍ਰੇਮੀ ਆ ਤਾਂ ਹਰ ਜਿਹੜਾ ਲਿਟਰੇਚਰ ਲਵਰ ਹੁੰਦਾ ਉਹਦੀ ਉਹ ਤਲਾਸ਼ ਕਰਦਾ ਰਹਿੰਦਾ ਹਮੇਸ਼ਾ ਚੰਗੀਆਂ ਕਿਤਾਬਾਂ ਦੀ ਠੀਕ ਆ ਉਹ ਪੁਰਾਣੇ ਤੋਂ ਪੁਰਾਣਾ ਸਾਹਿਤ ਜਿਹੜਾ ਦੁਨੀਆ ਭਰ ਦੇਤੇ ਉਹ ਨਜ਼ਰ ਰੱਖਦਾ ਲਿਟਰੇਚਰ ਤੇ ਖਾਸ ਕਰ ਵਲਡ ਲਿਟਰੇਚਰ ਜਿਹੜਾ ਹੈਗਾ ਉਹਦੇ ਚੋਂ ਖੰਗਾਲਦਾ ਰਹਿੰਦਾ ਕਿ ਉਹ ਲੱਭ ਕੇ ਨਵੀਂ ਤੋਂ ਨਵੀਂ ਬਿਹਤਰੀਨ ਤੋਂ ਬਿਹਤਰੀਨ ਕਿਤਾਬ ਪੜਾਂ ਤੇ ਵਰਲਡ ਲਿਟਰੇਚਰ ਦੇ ਇਸ ਕਿਤਾਬ ਦਾ ਨਾਮ ਬੋਲਦਾ ਛੋਟੀ ਜੀ ਕਿਤਾਬ ਆ ਜੀ ਪੇਜ ਦੇ ਦੱਸਾਂ ਕਿੰਨੇ ਆ ਬਹੁਤ ਛੋਟੀ ਕਿਤਾਬ ਹੈ 100 ਪੇਜ ਵੀ ਹੈ ਨਹੀਂ ਦਾ 86 ਪੇਜ ਆ ਇਹਦੇ ਤਾਂ ਇਹਦਾ ਨਾਮ ਐਡਾ ਵੱਡਾ ਹੈ ਨਾ ਇਸ ਕਿਤਾਬ ਦਾ ਜਿੰਨਾ ਹੀ ਇਹਦਾ ਘੱਟ ਪੇਜ ਆ ਉੱਡੀ ਛੋਟੀ ਦੀ ਕਿਤਾਬ ਆ ਇਹ ਕਿਉਂਕਿ ਵੱਡੇ ਬੰਦੇ ਨੇ ਥੋੜੇ ਚ ਵੀ ਬਹੁਤੀ ਆਪਣੀ ਗੱਲ ਕਰ ਜਾਣੀ ਹੁੰਦੀ ਹੈ ਨਾ ਕਿ ਇੱਕ ਚੌਲ ਤੋਂ ਪਤਾ ਲੱਗ ਜਾਂਦਾ ਹੁੰਦਾ ਹੈ ਨਾ ਖੁਖਰੇ ਕੱਲ ਪਰਸੋਂ ਦੀ ਵੀਡੀਓ ਚ ਵੀ ਇਹ ਗੱਲ ਹੋਈ ਸੀ ਵੀ ਸਾਰੇ ਪੱਕ ਗਏ ਕਿ ਨਹੀਂ ਪੱਕ ਗਏ ਵੱਡੇ ਛੋਟੇ ਦੋਨੋਂ ਤਰ੍ਹਾਂ ਦੇ ਗਿਹੜੇ ਲੇਖਕ ਹੁੰਦੇ ਆ ਕੋਈ ਕਿੰਨੇ ਕ ਪਾਣੀ ਚਾ ਉਹਦੀ ਇੱਕ ਦੋ ਬੋਲਾਂ ਤੋਂ ਪਤਾ ਲੱਗਦਾ ਹੁੰਦਾ। ਤੋ ਖਲੀਲ ਜਬਰਾਨ ਜਿਹੜਾ ਹੈਗਾ ਨਾ ਉਹ ਉਹਦੀ ਸਭ ਤੋਂ ਮਸ਼ਹੂਰ ਸਭ ਤੋਂ ਗਹਿਰੀ ਕਿਤਾਬ ਉਹਦੀ ਇਹ ਹੀ ਆ ਖਲੀਲ ਜਬਰਾਨ ਉਹਦੀ ਇਸ ਕਿਤਾਬ ਨੂੰ ਓਸ਼ੋ ਅਕਸਰ ਇਸ ਕਿਤਾਬ ਦਾ ਜ਼ਿਕਰ ਕਰਦਾ ਆਪਣੇ ਆਪਣੇ ਮਤਲਬ ਕਿ ਵਿਆਖਿਆਨ ਦੇ ਵਿੱਚ ਔਰ ਉਹਨਾਂ ਦੀ ਇੱਕ ਕਿਤਾਬ ਆ ਜਿਹੜੀ ਹਰਪਾਲ ਪੰਨੂ ਉਹਨਾਂ ਨੇ ਮਤਲਬ ਕਿ ਉਹ ਪੰਜਾਬੀ ਚ ਹਨਾ ਕੀਤੀ ਉਹ ਉਹਨਾਂ ਦੀ ਇੰਟਰਵਿਊ ਆ ਇੱਕ ਕਿ ਮੇਰੀਆਂ ਮਨਪਸੰਦ ਕਿਤਾਬਾਂ ਉਸੋ ਦੀ ਉਹਦੇ ਚ 50 ਕਿਤਾਬਾਂ ਦਾ ਉਹਨਾਂ ਜ਼ਿਕਰ ਕੀਤਾ ਆ ਜਿਹੜੀਆਂ ਕਹਿੰਦੇ ਕਿਤਾਬਾਂ ਪੜ੍ਹੀਆਂ ਕਿਉਂਕਿ ਬਹੁਤ ਜ਼ਿਆਦਾ ਕਿਤਾਬਾਂ ਕਹਿੰਦੇ ਧਰਤੀ ਤੇ ਮੇਰੇ ਜਿੰਨੀਆਂ ਕਿਤਾਬਾਂ ਉਸੋ ਕਹਿੰਦਾ ਕਿ ਸ਼ਾਇਦ ਕਿਸੇ ਨੇ ਪੜ੍ਹੀਆਂ ਹੋਣ ਨਾ ਤਾਂ ਉਹਨਾਂ ਦੀ ਲਾਇਬ੍ਰੇਰੀ ਬਹੁਤ ਵੱਡੀ ਆ ਉਸੋ ਦੀ ਪੁਨੇ ਵਿੱਚ ਤੇ ਜਿੱਥੇ ਉਹਨਾਂ ਦਾ ਆਸ਼ਰਮ ਆ ਔਰ ਉਸ ਬੰਦੇ ਦੀ ਸਪੀਚ ਦੇ ਵਿੱਚ ਦੀਦਾ ਵੀ ਆ ਕਿ ਕਿਤਾਬਾਂ ਕਿੰਨੀਆਂ ਕਿ ਪੜ੍ਹੀਆਂ ਉਸ ਬੰਦੇ ਨੇ ਕੋਈ ਵੀ ਵਿਸ਼ਾ ਹੋਵੇ ਉਹ ਆਸਾਨੀ ਹੈ ਉਹ ਆਸਾਨੀਆ ਬੰਦਾ ਉਹ ਬੋਲਦਾ ਇਹ ਲੇ ਵੇਗ ਇੱਕ ਚੱਲਦਾ ਬਿਨਾ ਅਟਕੇ ਕਿਸੇ ਵੀ ਰਾਜਨੀਤੀ ਦੀ ਗੱਲ ਹੋਵੇ ਚਾਹੇ ਉਹ ਪ੍ਰੇਮ ਮੁਹੱਬਤ ਦੀ ਗੱਲ ਹੋਵੇ ਉਹ ਰੋਹਾਨੀਅਤ ਦੀ ਗੱਲ ਹੋਵੇ ਯੋਗ ਦੀ ਸਾਧਨਾ ਦੀ ਕੁਝ ਹੋਵੇ ਧਿਆਨ ਦੇ ਬਾਰੇ ਤੱਕ ਖਾਸ ਕਰ ਕਿਤਾਬਾਂ ਦਾ ਬਹੁਤ ਵੱਡਾ ਰੋਲ ਆ ਉਹਦੇ ਵਿੱਚ ਆਪਣੀ ਸਾਧਨਾ ਵੀ ਉਸ ਬੰਦੇ ਦੀ ਤੋਂ ਉਹ ਪੈਗੰਬਰ ਕਿਤਾਬ ਦਾ ਜ਼ਿਕਰ ਓਸ਼ੋ ਕੋਲੋਂ ਤੁਸੀਂ ਸੁਣਿਆ ਹੋਣਾ ਜੇ ਸੁਣਦੇ ਹੋ ਉਹਨਾਂ ਨੂੰ ਤੁਸੀਂ ਉਹ ਜਿਹੜੀਆਂ 50 ਕਿਤਾਬਾਂ ਦੱਸਿਆ ਉਹਨਾਂ ਚ ਇਸ ਕਿਤਾਬ ਦਾ ਜ਼ਿਕਰ ਵੀ ਕੀਤਾ ਉਹ ਸ਼ੋਨੇ ਹੋਰ ਵੀ ਕਿਤਾਬਾਂ ਹੈਗੀਆਂ ਹਨ ਚਲੋ ਤੋ ਉਹ ਪੂਰੇ ਵਰਲਡ ਚ ਉਹਨਾਂ ਨੇ ਕਿਤਾਬਾਂ ਦਾ ਜ਼ਿਕਰ ਕੀਤਾ ਹੈ ਠੀਕ ਆ ਪੂਰੇ ਦੁਨੀਆ ਭਰ ਚੋਂ ਵੱਖ-ਵੱਖ ਭਾਸ਼ਾਵਾਂ ਮਾ ਦੀਆਂ ਤੇ ਨਿੱਕੀ ਜੀ ਕਿਤਾਬ ਚ ਕੀ ਇਸ ਤਰ੍ਹਾਂ ਦਾ ਪਾ ਦਿੱਤਾ ਆ ਖਲੀਲ ਜਬਰਾਨ ਨੇ ਲਿਖਿਆ ਪਿੱਛੇ ਇਹਦੇ ਕੀ ਕਿਤਾਬ ਦੇ ਲਿਖਿਆ ਇਹ ਪੜ੍ਹ ਕੇ ਸੁਣਾਉਣਾ ਤੁਹਾਨੂੰ ਕਹਿੰਦਾ ਲਿਬਨਾਨ ਤੇ ਅਮਰੀਕਾ ਦੇ ਦਾਰਸ਼ਨਿਕ ਨਿਬੰਧਕਾਰ ਰਹਾਸਵਾਦੀ ਕਵੀ ਤੇ ਚਿੱਤਰਕਾਰ ਖਲੀਲ ਜਬਰਾਨ ਦਾ ਜਨਮ 3 ਜਨਵਰੀ 1883 ਨੂੰ ਲਿਬਨਾਨ ਦੇ ਇੱਕ ਪਿੰਡ ਬਿਸ਼ਾਰੀ ਵਿੱਚ ਹੋਇਆ ਸੀ ਲਿਬਨਾਨ ਦਾ ਸੀ ਗਰੀਬੀ ਕਰਕੇ ਉਹ ਪਰਿਵਾਰ ਨਾਲ ਅਮਰੀਕਾ ਵੱਲ ਪ੍ਰਵਾਸ ਕਰ ਗਏ ਖਲੀਲ ਜਿਬਰਾਨ ਬਚਪਨ ਤੋਂ ਹੀ ਤੇਜ਼ ਅਕਲ ਤੇ ਹੁਨਰ ਸਨ ਛੇਤੀ ਹੀ ਅੰਗਰੇਜ਼ੀ ਭਾਸ਼ਾ ਵਿੱਚ ਨਪੁੰਨ ਹੋ ਗਏ ਤੇ ਕਲਾ ਵਿੱਚ ਉਹਨਾਂ ਖਾਸ ਰੁਚੀ ਵਿਖਾਈ ਅੱਗੇ ਚੱਲ ਕੇ ਉਹ ਕਲਾ ਦੀ ਤਾਲੀਮ ਲਈ ਪੈਰਿਸ ਚਲਾ ਗਏ ਜਿੱਥੇ ਉਹ ਅਗਸਤ ਰੌਡਨ ਦੇ ਸੰਪਰਕ ਵਿੱਚ ਆਏ ਤੇ ਉਹ ਸਾਰੀ ਉਮਰ ਉਹਨਾਂ ਦੇ ਦੋਸਤ ਰਹੇ ਰੌਡਨ ਜਿਬਰਾਨ ਦੀ ਕਲਾ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਹਨਾਂ ਦੀ ਤੁਲਨਾ ਮਹਾਨ ਰੋਮਾਂਟਿਕ ਕਲਾਕਾਰ ਵਿਲੀਅਮ ਬਲੇਕ ਨਾਲ ਕਰਦੇ ਸਨ ਉਹਨਾਂ ਨੇ ਖਲੀਲ ਨੇ ਅਰਬੀ ਵਿੱਚ ਲਿਖਣਾ ਬਹੁਤ ਛੋਟੀ ਉਮਰੇ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਉਹਨਾਂ ਅੰਗਰੇਜ਼ੀ ਵਿੱਚ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਖਲੀਲ ਨੇ ਕਰੀਬ 25 ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਪੈਗੰਬਰ ਦਾ ਪ੍ਰੋਫੈਟ ਸਭ ਤੋਂ ਮਕਬੂਲ ਹੋਈ ਸਭ ਤੋਂ ਮਕਬੂਲ ਕਿਤਾਬ ਉਹਨਾਂ ਦੀ ਠੀਕ ਹੈ ਜੀ ਇਸ ਸੰਗ੍ਰਹਿ ਵਿੱਚ ਖਲੀਲ ਜਿਬਰਾਨ ਦੀਆਂ ਬਹੁਮੁੱਲੀਆਂ ਵਰਤਾਵਾਂ ਵਰਤਾਵਾਂ ਦਰਜ ਹਨ ਜੋ ਜੀਵਨ ਦੇ ਵਿੱਚ ਪਿੰਨ ਰਹੱਸਾਂ ਉੱਪਰੋਂ ਪਰਦਾ ਉਠਾਉਣ ਦੇ ਨਾਲ ਅਧਿਆਤਮ ਦੇ ਮਾਰਗ ਤੇ ਮਨੁੱਖ ਜਾਤੀ ਦਾ ਮਾਰਗਦਰਸ਼ਨ ਕਰਦੀਆਂ ਹਨ ਨਵੀਂ ਤੰਦਰੁਈ ਸੇਧ ਦਿੰਦੀਆਂ ਹਨ ਠੀਕ ਆ ਜੀ ਸੋ ਇਹਦੇ ਵਿੱਚ ਵੱਖ-ਵੱਖ ਪਹਿਲੂਆਂ ਤੇ ਉਹਨਾਂ ਨੇ ਛੋਟੀ-ਛੋਟੀਆਂ ਮਤਲਬ ਕਿ ਇੱਕ-ਇੱਕ ਇੱਕ-ਇੱਕ ਡੇਢ-ਡੇਢ ਪੇਜ ਦੀਆਂ ਆ ਇਸ ਤੋਂ ਜ਼ਿਆਦਾ ਨਹੀਂਗਾ ਲੰਬੀ ਤੋਂ ਲੰਬੀ ਮੈਨੂੰ ਲੱਗਾ 2-2.5 ਪੇਜਾਂ ਦੀ ਹੋਊਗੀ ਇਸ ਤੋਂ ਜ਼ਿਆਦਾ ਨਹੀਂਗਾ ਤੇ ਇਹਨਾਂ ਨੂੰ ਹੁਣ ਮੈਂ ਕਹਾਣੀ ਕਮਾਂ ਕੀ ਕਵਾਂ ਦ੍ਰਿਸ਼ਟਾਂਤ ਕਵਾਂ ਕੀ ਕਵਾਂ ਇਹ ਹੁਣ ਤੁਸੀਂ ਪੜ੍ਹ ਕੇ ਦੱਸ ਲਿਓ ਮੈਂ ਤੁਹਾਨੂੰ ਥੋੜੀ ਜੀ ਉਦਾਹਰਣੇ ਦੀ ਦਿਖਾ ਦੇਣਾ ਇਹ ਚੋਂ ਪੜ੍ਹ ਕੇ ਇੱਕ ਟਾਈਟਲ ਆ ਕੱਪੜੇ ਤੇ ਇੱਕ ਜਲਾਹੇ ਨੇ ਕਿਹਾ ਸਾਨੂੰ ਕੱਪੜਿਆਂ ਬਾਬਤ ਦੱਸੋ ਤੇ ਉਸਨੇ ਜਵਾਬ ਦਿੱਤਾ ਤੁਹਾਡੇ ਕੱਪੜੇ ਤੁਹਾਡੀ ਬਹੁਤ ਸਾਰੀ ਖੂਬਸੂਰਤੀ ਨੂੰ ਤਾਂ ਢੱਕ ਲੈਂਦੇ ਨੇ ਪਰ ਬਦਸੂਰਤੀ ਨੂੰ ਨਹੀਂ ਢੱਕ ਸਕਦੇ ਵਾਹ ਕੀ ਬਾਤ ਕਰਤੀ ਯਾਰ ਤੇ ਭਾਵੇਂ ਤੁਸੀਂ ਆਪਣੇ ਕੱਪੜਿਆਂ 'ਚ ਆਪਣੇ ਇਕਾਂਤ ਦੀ ਖੁੱਲ੍ਹ ਭਾਲਦੇ ਹੋ ਫੇਰ ਵੀ ਤੁਹਾਨੂੰ ਉਹਨਾਂ 'ਚ ਸਿਰਫ ਇੱਕ ਬੰਧਨ ਤੇ ਇੱਕ ਜ਼ੰਜੀਰ ਹੀ ਮਿਲਦੀ ਹੈ ਕਿੰਨਾ ਚੰਗਾ ਹੁੰਦਾ ਜੇ ਸੂਰਜ ਦੀ ਰੋਸ਼ਨੀ ਤੇ ਹਵਾ ਨਾਲ ਤੁਹਾਡਾ ਮੇਲ ਤੁਹਾਡੀ ਦੇਹ ਦੀ ਚਮੜੀ ਜ਼ਰੀਏ ਹੁੰਦਾ ਨਾ ਕਿ ਤੁਹਾਡੇ ਕੱਪੜਿਆਂ ਜ਼ਰੀਏ ਕਿਉਂਕਿ ਜ਼ਿੰਦਗੀ ਦੇ ਸਾਹ ਸੂਰਜ ਦੀ ਰੋਸ਼ਨੀ 'ਚ ਹੁੰਦੇ ਨੇ ਤੇ ਜ਼ਿੰਦਗੀ ਦਾ ਹੱਥ ਹੁੰਦਾ ਹੈ ਹਵਾ 'ਚ ਤੁਹਾਡੇ ਚੋਂ ਕੁਝ ਕਹਿਣਗੇ ਅਸੀਂ ਜੋ ਕੱਪੜੇ ਪਾਏ ਨੇ ਇਹਨਾਂ ਨੂੰ ਉੱਤਰ ਵੱਲ ਦੀ ਹਵਾ ਨੇ ਤਾਂ ਉਣਿਆ ਤੇ ਮੈਂ ਅੱਖਾਂ ਗਾ ਕੇ ਹਾਂ ਉਹ ਉੱਤਰ ਵੱਲ ਦੀ ਹਵਾ ਹੀ ਸੀ ਪਰ ਸ਼ਰਮ ਉਸਦੀ ਖੱਡੀ ਸੀ ਤੇ ਨਰਮ ਨਾਜ਼ੁਕ ਨਸਾਂ ਉਸ ਦਾ ਤਾਗਾ ਸਨ ਇਸ ਤਰ੍ਹਾਂ ਦਾ ਲੈਵਲ ਹੈ ਨਾ ਹੋਰ ਪੜ੍ਹ ਲੈਨੇ ਕੁਝ ਮੜਾ ਜਿਹਾ ਆਈਡੀਆ ਜੇ ਕਰਨਾ ਹੈ ਨਾ ਕਿਤਾਬ ਤਾਂ ਤੁਸੀਂ ਪੜ੍ਹਨੀ ਆ ਛੋਟੇ ਛੋਟੇ ਟਾਈਟਲ ਆ ਜੀ ਛੋਟੇ ਛੋਟੇ ਚਲੋ ਅਰਦਾਸ ਬਾਰੇ ਇੱਥੇ ਕਿ ਸਿਗਾ ਚਲੋ ਕੁਝ ਕੁਝ ਵੀ ਮੇਰੇ ਸਾਹਮਣੇ ਆਵੇ ਮੈਂ ਤੁਹਾਨੂੰ ਸੁਣਾਵਾਗਾ ਹਾਂ ਕਹਿੰਦੇ ਮੌਤ ਇੱਕ ਵਾਰ ਫਿਰ ਅਲਮਿਤਰਾ ਨੇ ਕਿਹਾ ਹੁਣ ਸਾਨੂੰ ਮੌਤ ਬਾਰੇ ਜਾਣਨ ਦੀ ਤਾਂਗ ਹੈ ਤੁਸਨੇ ਜਵਾਬ ਦਿੰਦਿਆਂ ਆਖਿਆ ਮੈਂ ਤੁਹਾਨੂੰ ਮੌਤ ਦਾ ਭੇਤ ਜ਼ਰੂਰ ਦੱਸਾਂਗਾ ਪਰ ਤੁਸੀਂ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਅੰਦਰੋਂ ਹੀ ਨਹੀਂ ਪਾਲੋਗੇ ਠੀਕ ਹੈ ਨਾ ਤੋਂ ਉਹ ਉੱਲੂ ਜਿਹਦੀਆਂ ਰਾਤ ਨੂੰ ਖੁੱਲਣ ਵਾਲੀਆਂ ਅੱਖਾਂ ਦਿਨੇ ਅੰਨੀਆਂ ਹੋ ਜਾਂਦੀਆਂ ਨੇ ਦਿਨ ਦੇ ਚਾਨਣ ਦੇ ਭੇਤ ਨੂੰ ਨਹੀਂ 부ਝ ਸਕਦਾ ਹਾਂ ਜੇ ਤੁਸੀਂ ਸੱਚੀ ਮੁੱਚੀ ਮੌਤ ਦੀ ਆਤਮਾ ਨੂੰ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਨੂੰ ਜ਼ਿੰਦਗੀ ਦੀ ਦੇਹ ਦੇ ਪ੍ਰਤੀ ਪੂਰੀ ਤਰ੍ਹਾਂ ਖੋਲ ਦਿਓ ਕਿਉਂਕਿ ਜ਼ਿੰਦਗੀ ਤੇ ਮੌਤ ਤਾਂ ਇੱਕੋ ਛੈ ਨੇ ਜਿਵੇਂ ਨਦੀ ਤੇ ਸਮੁੰਦਰ ਤੁਹਾਡੀਆਂ ਆਸਾਂ ਤੇ ਸੱਦਰਾਂ ਦੀ ਡੁੰਗਾਈ ਦੇ ਅੰਦਰ ਹੀ ਤੁਹਾਡੀ ਦੂਜੀ ਦੁਨੀਆ ਦਾ ਗਿਆਨ ਵਸਿਆ ਜਿਆਦਾ ਪੜ੍ਹ ਕੇ ਤੁਹਾਡੀ ਰੌਚਕਤਾ ਦਾ ਮੈਂ ਘਾਤ ਨਹੀਂ ਕਰਾਂਗਾ ਇੱਕ ਮਾੜਾ ਜਿਹਾ ਹੋਰ ਸੁਣਾ ਦਿੰਨਾ ਇਹਦਾ ਟਾਈਟਲ ਹੈਗਾ ਚੰਗਿਆਈ ਬੁਰਿਆਈ ਫਿਰ ਸ਼ਹਿਰ ਦੇ ਇੱਕ ਬਜ਼ੁਰਗ ਨੇ ਕਿਹਾ ਸਾਨੂੰ ਚੰਗਿਆਈ ਬੁਰਿਆਈ ਬਾਬਤ ਕੁਝ ਦੱਸੋ ਉਸਨੇ ਜਵਾਬ ਦਿੱਤਾ ਮੈਂ ਤੁਹਾਡੇ ਅੰਦਰਲੀ ਚੰਗਿਆਈ ਬਾਬਤ ਤਾਂ ਬੋਲ ਸਕਦਾ ਪਰ ਬੁਰਿਆਈ ਬਾਰੇ ਨਹੀਂ ਆਹਾ ਇਹਦਾ ਕਿਉਂਕਿ ਬੁਰਾਈ ਪਲਾ ਇੱਕ ਚੰਗਿਆਈ ਦੇ ਇਲਾਵਾ ਹੋਰ ਹੈ ਹੀ ਕੀ ਜੋ ਆਪਣੀ ਭੁੱਖ ਤੇ ਤੇਹ ਦੀ ਸਤਾਈ ਹੋਈ ਹੈ ਅਕਸਰ ਜਦੋਂ ਚੰਗਿਆਈ ਨੂੰ ਭੁੱਖ ਲੱਗਦੀ ਹੈ ਤਾਂ ਉਹ ਡੂੰਘੀਆਂ ਘੁਪ ਘਨੇਰੀਆਂ ਗੁਫਾਵਾਂ ਵਿੱਚ ਵੀ ਭੋਜਨ ਭਾਲ ਲੈਂਦੀ ਹੈ ਤੇ ਜਦੋਂ ਉਸ ਨੂੰ ਤੇਹ ਲੱਗਦੀ ਹੈ ਤਾਂ ਉਹ ਗੰਦਾ ਬਦਬੂਦਾਰ ਪਾਣੀ ਵੀ ਪੀ ਲੈਂਦੀ ਹੈ ਤੁਸੀਂ ਉਦੋਂ ਤੱਕ ਇੱਕ ਨੇਕ ਇਨਸਾਨ ਹੋ ਜਦੋਂ ਤੱਕ ਤੁਸੀਂ ਖੁਦ ਦੇ ਨਾਲ ਇੱਕ ਸੁਰ ਹੋ ਫਿਰ ਵੀ ਜਦੋਂ ਤੁਸੀਂ ਖੁਦ ਦੇ ਨਾਲ ਇੱਕ ਸੁਰਤਾਚ ਨਹੀਂ ਹੋ ਉਦੋਂ ਵੀ ਤੁਸੀਂ ਬੁਰੇ ਇਨਸਾਨ ਨਹੀਂ ਹੋ ਕਿਉਂਕਿ ਇੱਕ ਵੰਡਿਆ ਘਰ ਚੋਰਾਂ ਦਾ ਅੱਡਾ ਨਹੀਂ ਹੁੰਦਾ ਉਹ ਸਿਰਫ ਵੰਡੀਆਂ ਚ ਪਿਆ ਇੱਕ ਘਰ ਹੀ ਤਾਂ ਹੈ ਹਾਏ ਹਾਏ ਕਿੱਡੀ ਵੱਡੀ ਗੱਲ ਲੈ ਗਿਆ ਬੰਦਾ ਇਹਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਿਰ ਤੋਂ ਲੰਘਣ ਦਾ ਯਤਨ ਵੀ ਕਰਨ ਗਿਆ ਪਰ ਜੇ ਤੁਸੀਂ ਚਾਹੋ ਤਾਂ ਲੰਘ ਨਹੀਂ ਸਕਣਗੀਆਂ ਮੈਂ ਸਿਰਫ ਯਤਨ ਕਰਨ ਗਿਆ ਤਾਂ ਕਿਉਂਕਿ ਸਾਡੇ ਤੇ ਹੀ ਤਾਂ ਹੈ ਕਿੰਨਾ ਕੁ ਸਿਰ ਤੋਂ ਲੰਘ ਜੋਗੀ ਸਾਡੇ ਹੱਥਾਂ 'ਚ ਹੀ ਤਾਂ ਹੈ ਕਿ ਤਾਬ ਨੂੰ ਵਾਰ-ਵਾਰ ਪੜੋ ਵੈਸੇ ਵੀ ਤਾਂ ਇੱਕ ਵਿਦਵਾਨ ਕਹਿੰਦਾ ਕਿ ਕੋਈ ਇੱਕ ਕਿਤਾਬ ਕਪੂਰ ਸਾਹਿਬ ਸ਼ਾਇਦ ਕਹਿੰਦੇ ਕਿ ਆਪਣਾ ਸੰਪੂਰਨ ਆਪਾ ਇੱਕੋ ਵਾਰੀ ਦੇ ਵਿੱਚ ਕਿਸੇ ਦੇ ਹਵਾਲੇ ਨਹੀਂ ਕਰਦੀ ਵਾਰ-ਵਾਰ ਪੜਿਆ ਉਹ ਆਪਣਾ ਪੂਰਾ ਆਪਾ ਤੁਹਾਨੂੰ ਸਮਰਪਿਤ ਕਰਦੀ ਆ ਤੁਹਾਡੇ ਹਵਾਲੇ ਕਰਦੀ ਦੀ ਆਪਣੇ ਆਪ ਨੂੰ ਇੱਕ ਵਾਰੀ ਚ ਨਹੀਂ ਕਰਦੀ ਪੂਰਾ ਠੀਕ ਹੈ ਨਾ ਇੱਕੋ ਮੁਲਾਕਾਤ ਵਿੱਚ ਦੂਜੀ ਗੱਲ ਇਹ ਆ ਮੈਂ ਕਹਿੰਨਾ ਕਿ ਜੇ ਕੋਈ ਕਿਤਾਬ ਤੁਸੀਂ ਇੱਕੋ ਹੀ ਕਿਤਾਬ ਨੂੰ ਦੋ ਵਾਰੀ ਪੜਿਆ ਨਾ ਇਹ ਨਾ ਸਮਝਣਾ ਕਿ ਇੱਕੋ ਕਿਤਾਬ ਨੂੰ ਦੋ ਵਾਰੀ ਪੜਿਆ ਤੁਸੀਂ ਇਹ ਕਹਿਣਾ ਕਿ ਮੈਂ ਇੱਕੋ ਕਿਤਾਬ ਚੋਂ ਦੋ ਕਿਤਾਬਾਂ ਪੜੀਆਂ ਕਿਉਂਕਿ ਉਹਨੂੰ ਦੋ ਵਾਰੀ ਪੜਿਆ 10 ਵਾਰ ਪੜੋਗੇ ਤਾਂ ਇੱਕੋ ਕਿਤਾਬ ਚੋਂ 10 ਕਿਤਾਬਾਂ ਪੜ੍ਹ ਗਏ ਤੁਸੀਂ ਭਾਵੇਂ ਉਹੀ ਅੱਖਰ ਸੀ ਉਹੀ ਪੇਜ ਸੀ ਉਹੀ ਰਾਈਟ ਸੀ ਪਰ ਉਸੇ ਕਿਤਾਬ ਨੇ ਤੁਹਾਨੂੰ ਹਰ ਵਾਰੀ ਨਵੇਂ ਅਰਥ ਕੱਢ ਕੇ ਤੁਹਾਡੇ ਸਾਹਮਣੇ ਰੱਖਦੇ ਨੇ ਹਰ ਵਾਰੀ ਇਹ ਹੀ ਵਿਸ਼ੇਸ਼ਤਾ ਹੈ ਕਿਤਾਬਾਂ ਦੀ ਠੀਕ ਹੈ ਨਾ ਹਰ ਵਾਰ ਨਵੀਂ ਆ ਜਿੰਨੀ ਵਾਰ ਪੜ ਲਓ ਓਨੀ ਵਾਰ ਨਵੀਂ ਆ ਤੇ ਪੜੋ ਜਰੂਰ ਕਿਤਾਬ ਸਮੇਂ ਦੀ ਬਰਬਾਦੀ ਨਹੀਂ ਆ ਬਹੁਤ ਵੱਡੇ ਰਾਈਟਰ ਦੀ ਬਹੁਤ ਵੱਡੀ ਕਿਤਾਬ ਆ ਪੈਗੰਬਰ ਕੋਰਾਂ ਨੂੰ ਵੀ ਪੜਾਓ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਹਾਇਤਾ ਨਾਲ ਜੁੜੇ ਰਹੀ ਹੈ ਜਿੰਨਾ ਕੁ ਮੈਂ ਨੋਲੇਜ ਰੱਖਦਾ ਮੇਰੇ ਹੱਥ 'ਚ ਜੋ ਕਿਤਾਬਾਂ ਚੰਗਾ ਸਾਹਿਤ ਲੱਗਦਾ ਮੈਂ ਉਹਨੂੰ ਲੁਕੋ ਕੇ ਨਹੀਂ ਰੱਖਾਂਗਾ ਤੁਹਾਡੇ ਸਾਹਮਣੇ ਜ਼ਰੂਰ ਲਿਆਵਾਂਗਾ ਤੇ ਵਾਦਾ ਹੈ ਸੋ ਬਹੁਤ ਬਹੁਤ ਧੰਨਵਾਦੀ ਛੇਤੀ ਮਿਲਾਂਗੇ ਸਤਿ ਸ੍ਰੀ ਅਕਾਲ